찍으러 갈 시간이었다. ਆਹਨਾ ਸੋਚਿਓ ਕਿ ਅਸੀਂ ਸਹੀ ਆਂਡੇ ਮਾਰੇ ਨੇ ਜਾਂ ਜਿੰਨੇ ਵੀ ਆਂਡੇ ਮਾਰੇ ਨਾ ਸਾਰੇ ਖਰਾਬ ਆਂਡੇ ਲਿਆਉਂਦੇ ਹਰੇ ਅਸੀਂ ਦੁਕਾਨ ਨੂੰ ਕਹਿ ਕੇ ਲਿਆਉਂਦੇ ਹਨ ਕਿ ਅਸੀਂ ਬਰਬਾਦ ਕਰਨੇ ਨੇ ਖਰਾਬ ਦਿਓ ਅਤੇ ਖਰਾਬ ਆਂਡੇ ਲੈ ਕੇ ਇਹੋ ਜਿਹੇ ਉਹ ਮਾਰੇ ਹਰੇ ਅਤੇ ਮਜ਼ਾ ਆ ਗਿਆ ਜੇ ਇੱਕ ਮੈਨੂੰ ਵੀ ਵਜ੍ਹਾ 'ਚ ਬੜਾ ਪਿਆਰ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਕੀ ਹਾਲ ਚਾਲ ਭਾਈ ਸਾਹਿਬ ਠੀਕ ਠਾਕ ਹੋ ਨਾ ਅੱਜ ਦਾ ਮਜ਼ੇਦਾਰ ਜਿਹਾ ਵਲੋਗ ਕਰਨਾ ਸਟਾਰਟ ਭਾਈ ਆ ਅੱਜ ਅਸੀਂ ਇੱਕ ਬੜੀ ਮਜ਼ੇਦਾਰ 'ਚ ਗੇਮ ਖੇਡਣ ਲੱਗੇ ਜੇ ਅਤੇ ਉਹਦੇ ਵਾਸਤੇ ਸਾਨੂੰ ਚਾਹੀਦੇ ਨੇ ਆਂਡੇ ਪਹਿਲਾਂ ਜਾਂਦੇ ਹਾਂ ਬਾਜ਼ਾਰ ਜਾ ਕੇ ਆਂਡੇ ਲੈ ਕੇ ਆਉਂਦੇ ਹਾਂ ਅਤੇ ਫਿਰ ਖੇਡਣੇ ਆ ਉਹ ਗੇਮ ਬੜੀ ਮਜ਼ੇਦਾਰ 'ਚ ਮਜ਼ਾ ਨਾ ਆਏਗਾ ਅਤੇ ਪੈਸੇ ਵਾਪਸ ਚਲੋ ਵੀ ਹੁਣ ਚੱਲਦੇ ਹਾਂ ਸਟੋਰ 'ਚ ਪਹੁੰਚ ਗਏ ਹੁਣ ਇੱਥੇ ਲੈਂਦੇ ਹਾਂ ਆਂਡੇ ਹਾਂ ਆਂਡਿਆਂ ਦੀ ਟ੍ਰੇ ਲਈ ਜੇ ਅਤੇ ਹੁਣ ਲੈ ਕੇ ਚੱਲੀਏ ਘਰ ਆਂਡੇ ਲੈ ਕੇ ਘਰ ਆ ਗਏ ਜੀ ਹੁਣ ਮੈਂ ਤੁਹਾਨੂੰ ਦੱਸਣਾ ਕਿਹੜੀ ਗੇਮ ਜੇ ਗੇਮ ਅਸੀਂ ਇੱਕ ਬੋਤਲ ਲੈਣੀ ਹੈ ਉਹਦੇ ਆਲੇ ਦੁਆਲੇ ਸਾਰੇ ਖਲੋ ਜਾਣਾ ਬੋਤਲ ਘੁਮਾਉਣੀ ਹੈ ਅਤੇ ਜਿਹਦੇ ਵੱਲ ਨੂੰ ਬੋਤਲ ਦਾ ਢੱਕਣ ਹੋਏਗਾ ਨਾ ਉਹਨੇ ਆਂਡਾ ਚੁੱਕ ਕੇ ਬਾਕੀ ਸਾਰੇ ਦੋ ਦੌੜ ਜਾਣਗੇ ਉਹਨੂੰ ਮਾਰਨਾ ਹੈ ਬੋਤਲ ਫਲਿੱਪ ਐਵੇਂ ਦੇ ਕੋਈ ਗੇਮ ਦਾ ਨਾਂ ਹੈ ਅਤੇ ਹੁਣ ਬਾਈ ਦੇ ਬਣਾ ਸਕਦੇ ਹਾਂ ਅਤੇ ਫਿਰ ਚੱਲਦੇ ਹਾਂ ਖੇਲਣ ਹੈਲੋ ਅਸਲਾਮ ਵਾਲੇਕੁਮ ਚਾਚੂ ਜੀ ਮਾਮੂ ਜੀ ਵਾਲੇਕੁਮ ਸਲਾਮ ਆਇਓ ਇੱਕ ਗੇਮ ਖੇਲਣੀ ਕੀ ਹੈ ਬੜੀ ਮਜ਼ੇਦਾਰ ਗੇਮ ਹੈ ਆਇਓ ਹੁਣ ਮੈਨੂੰ ਆਪ ਹੀ ਨਾਂ ਹੀ ਨਹੀਂ ਆਉਂਦਾ ਗੇਮ ਦਾ ਮੈਂ ਕੀ ਦੱਸਾਂ ਆਇਓ ਖੇਲਣੇ ਆਇਓ ਚਾਚੂ ਜੀ ਕੱਪੜੇ ਚੇਂਜ ਕਰ ਆਇਓ ਫਿਰ ਨਾ ਨਵੇਂ ਕੱਪੜੇ ਖਰਾਬ ਹੋ ਗਏ ਗੇਮ ਹੈ ਨਾ ਆਹੋ ਆਇਓ ਆਂਡੇ ਲੈਂਦੇ ਜੇ ਜਵਾਨ ਵੀ ਸਾਰੇ ਆ ਗਏ ਜੇ ਜਿੰਨੇ ਜਿੰਨੇ ਖੇਲਣਾ ਸਾਰਨਾ ਮੇਨ ਬੰਦੇ ਚਾਚੂ ਮੋਟੋ ਹੋੜੀ ਆਇਓ ਮੈਂ ਮੋਟਰਸਾਈਕਲ ਤੁਰ ਜਾਓ ਆਇਓ ਫਿਰ ਅਸੀਂ ਉੱਥੇ ਜਾ ਕੇ ਖਲੋਨੇ ਹਾਂ ਹੁਣ ਇੱਥੇ ਖੇਲਾਂਗੇ ਗੇਮ ਬੋਤਲ ਫਲਿੱਪ ਕਰਨੀ ਹੈ ਆ ਜਾ ਕਰੋ ਆ ਜਾ ਬੋਤਲ ਪਈ ਹੈ ਨਾ ਅੰਦਰ ਉੱਧਰ ਖਲੋ ਪਰਲੀ ਸਾਡੇ ਖਲੋ ਆ ਵੇਖੋ ਮੇਰੇ ਵੱਲ ਢੱਕਣ ਆਇਆ ਮੈਂ ਆਂਡਾ ਚੁੱਕ ਕੇ ਮਾਰਨ ਉਹਨੂੰ ਸੀਰੀਅਸ ਮਾਰ ਲਿਆ ਦੌੜ ਗਿਆ ਰੇ ਕੀ ਨਟਿਆ ਨਹੀਂ ਜਾਣਾ ਆਂਡੇ ਬੜੇ ਬੜੇ ਭੈੜੇ ਪੈਣੇ ਸਾਰਨ ਬਹੁਤੇ ਆਂਡੇ ਨਾ ਚਾਚੇ ਮੋਟੇ ਨੂੰ ਪੈਣੇ ਜੀ ਕਿਉਂਕਿ ਚਾਚੇ ਮੋਟੇ ਕੋਲ ਬਹੁਤਾ ਦੌੜਿਆ ਨਹੀਂ ਜਾਣਾ ਆਂਡੇ ਲੈ ਕੇ ਅਸੀਂ ਉੱਥੇ ਖਲੋਤੇ ਹਰੇ ਖੁੱਲੀ ਜਗ੍ਹਾ 'ਚ ਬਾਈ ਦੇ ਬਿਰ ਕਹਿੰਦੇ ਨੇ ਇੱਥੇ ਨਹੀਂ ਖੇਲਣਾ ਇੱਥੇ ਬਹੁਤ ਹੀ ਖੁੱਲੀ ਜਗ੍ਹਾ ਅਤੇ ਬੰਦੇ ਸਾਡਾ ਸੂਡਾ ਦੌੜ ਜਾਂਦੇ ਨੇ ਅਤੇ ਆਂਡੇ ਨਹੀਂ ਵੱਜਦੇ ਅਤੇ ਤਾਂ ਵਾਸਤੇ ਅਸੀਂ ਆਂਡੇ ਲੈ ਕੇ ਆ ਗਏ ਥੋੜ੍ਹੀ ਜਗ੍ਹਾ 'ਚ ਉਹ ਫਿਰ ਆਂਡੇ ਉੱਥੋਂ ਬੋਤਲ ਫਲਿੱਪ ਕਰਨੀ ਹੈ ਅਤੇ ਇੱਧਰ ਨੂੰ ਦੌੜਨਾ ਹਾਲੇ ਰਾਹ ਮਤਲਬ ਕਿ ਛੋਟਾ ਜਿਹਾ ਰਾਹ ਸਾਰੇ ਬੰਦੇ ਰਾਹ 'ਚ ਦੌੜਨਾ ਹੈ ਅਤੇ ਆਂਡਾ ਕਿਸੇ ਨਾ ਕਿਸੇ ਨੂੰ ਹਰ ਵਾਰੀ ਵੱਜਣਾ ਹੀ ਵੱਜਣਾ ਮੈਂ ਇੱਥੇ ਹੰਦਲਾ ਪਹੁੰਚ ਗਏ ਜੇ ਕਿਉਂਕਿ ਅਸੀਂ ਮੋਟਰਸਾਈਕਲ 'ਚ ਆਏ ਹਾਂ ਬਾਕੀ ਸਾਰੇ ਜਣੇ ਤੁਰਦੇ ਆਉਂਦੇ ਚਾਚੂ ਮੋਟੂ ਹੋੜੀ ਸਾਰੇ ਜਣੇ ਚਾਚੂ ਮੋਟੂ ਨੇ ਇੱਥੋਂ ਤੱਕ ਹੀ ਤੁਰਦੇ ਆਉਂਦੇ ਥੱਕ ਜਾਣਾ ਤਾਂ ਫਿਰ ਬਾਅਦ 'ਚ ਦੌੜਨਾ ਕਿਵੇਂ ਯਾਰ ਮੈਨੂੰ ਚਾਚੂ ਮੋਟੂ ਨੂੰ ਕਹਾਂਗੇ ਰਹਿਣ ਤੁਸੀਂ ਨਾ ਖੇਲੋ ਫਿਰ ਕੀ ਕਹਿੰਦੇ ਨੇ ਖੇਲਣਾ ਤਾਂ ਉਹਨਾਂ ਹੈ ਹੀ ਹੈ ਵੇ ਪਰ ਕਹਾਂਗੇ ਨਾ ਖੇਲੋ ਆਂਡੇ ਵੱਜ ਜਾਣੇ ਨੇ ਅਸੀਂ ਕਿਹੜਾ ਆਂਡੂ ਮਾਰਨ ਮੁੜਨਾ ਲੋ ਜੀ ਜਵਾਨ ਪਹੁੰਚ ਗਏ ਜੇ ਕੋਈ ਘੰਟੇ ਡੇਢ 'ਚ ਚੱਲੀ ਜਵਾਨ ਹੋ ਤੁਸੀਂ ਜਵਾਨ ਬੰਦੇ ਹੋ ਬਾਕੀ ਤੇ ਆਹੋ
ਚਾਚੂ ਨੌਜਵਾਨ ਨੇ, ਅਸੀਂ ਇਕੱਲੇ ਜਵਾਨ। ਚਾਚੂ ਜੀ ਮੈਂ ਕਹਿੰਦਾ ਤੁਸੀਂ ਰਹਿਣ ਹੀ ਦਿਓ, ਜ਼ਰੂਰ ਖੇਡਣਾ ਅੱਜ। ਚੱਲ ਠੀਕ, ਕਿੱਡੀ ਛੇਤੀ ਮੰਨ ਗਈ। ਮੈਂ ਵੀਡੀਓ ਦੱਸਣਾ ਪਿਆ, ਚਾਚੇ ਨਹੀਂ ਮੰਨਣਾ, ਚਾਚੇ ਕਹਿੰਦਾ ਮੈਂ ਖੇਡ ਨਹੀਂ ਖੇਡਣਾ, ਚਾਚੇ ਕਹਿੰਦਾ ਮੈਂ ਜਵਾਨ ਹਾਂ ਮੈਂ ਖੇਡ ਨਹੀਂ ਖੇਡਣਾ। ਮੈਂ ਤਾਂ ਜਿਵੇਂ ਤੂੰ ਰਾਜੀ ਹੋ, ਮੈਂ ਰਾਜੀ ਹਾਂ। ਮੈਂ ਕਹਿੰਦਾ ਜ਼ਰੂਰ ਖੇਡਣਾ ਚਾਚੇ ਨੂੰ, ਆਂਡੇ ਮਾਰ ਕੇ ਚੱਲੀਏ ਘਰ ਨੂੰ, ਐਵੇਂ ਦੌੜਾਂ ਲਵਾਉਣੀਆਂ ਚਾਚੇ ਦੀ ਨਾਲ ਆਪਣੀਆਂ। ਚਾਚੂ ਨੀ ਵੱਜਣਾ, ਜਿਹਦੀ ਵਾਟੀ ਆਈ ਉਹਨੇ ਅੰਡਾ ਫੜ ਕੇ ਮਾਰਨਾ, ਚੋੜ ਮੋਟੇ ਚਾਚੂ ਨੇ ਚੋੜੇ, ਬਾਕੀ ਐਡੇ ਐਡੇ ਸਾਰਿਆਂ ਨੇ ਪਸਣੀਆਂ ਨੇ, ਸਾਡਾ ਤਾਂ ਲੰਘ ਜਾਣੇ ਨੇ, ਵੱਜਣਾ ਤਾਂ ਨੌਜਵਾਨ ਦੇ ਜੇ। ਕੋਈ ਨੀ ਲਾਵਾਰ, ਜਵਾਨ ਸਾਰੇ ਪਹੁੰਚ ਗਏ ਤੇ ਆਹ ਬੋਤਲ ਜੇ, ਆਹ ਬੋਤਲ ਥੱਲੇ ਰੱਖ ਕੇ ਘੁਮਾਉਣੀ ਹੈ, ਜਿਹਦੇ ਵੱਲ ਨੂੰ ਢੱਕਣ ਆਏਗਾ ਮੇਰੇ ਵੱਲ ਢੱਕਣ ਆ ਗਿਆ, ਮੈਂ ਆਂਡਾ ਚੁੱਕ ਕੇ ਮਾਰਨਾ, ਭਾਈ ਦੇ ਬਰਾਂ ਲਾ ਗਿਆ, ਜਿਹਦੇ ਵੱਲ ਵੀ ਆਏਗਾ ਉਹਨੇ ਆਂਡਾ ਚੁੱਕ ਕੇ ਮਾਰਨਾ, ਅਤੇ ਬਾਕੀ ਜਿਹੜੇ ਪੰਜ ਜਣੇ ਨੇ ਉਹ ਦੌੜਨਗੇ ਅਤੇ ਬਚਣਾ ਆਂਡੇ ਤੋਂ, ਅਤੇ ਕਰੀਏ ਸਟਾਰਟ ਫਿਰ। ਕਰੀਏ ਅਤੇ ਦੌੜਨਾ ਵੀ ਜਾਣਾ ਸਿੱਧਾ ਐਸ ਰਾਏ ਰਾਏ ਦੇ, ਇੱਕ ਨਾ ਇੱਕ ਆਂਡਾ ਵੱਜੇਗਾ ਹੀ ਵੱਜੇਗਾ, ਜਿਹਦੇ ਬਹੁਤੇ ਆਂਡੇ ਵੱਜੇ ਉਹਨੂੰ ਕੀ ਨਾਮ ਹੈ? ਆਹੋ ਕੋਈ ਨਾ ਕੋਈ ਨਾਮ ਤਾਂ ਰੱਖੋ, ਜਿਹਨੂੰ ਸਾਰਨਾ ਬਹੁਤੀ ਆਂਡਾ ਵੱਜੇ, ਜਿਹੜਾ ਐਂਡ ਦਾ ਆਂਡਾ ਰਹਿੰਦਾ ਹੋਇਆ ਉਹ ਵੀ ਉਹਨੂੰ ਹੀ ਮਾਰਾਂਗੇ। ਬੋਤਲ ਘੁਮਾਣਿਆ ਜਿਹਦਾ ਢੱਕਣ ਆਏਗਾ ਉਹ ਮਾਰੇਗਾ ਚੁੱਕ ਕੇ ਆਂਡਾ। ਚਲੋ ਵੀ ਭਾਈ ਯਾਰ ਦੋ ਆਂਡੇ ਮਾਰੇ ਨੇ, ਦੋਵੇਂ ਆਂਡੇ ਮੂੰਜ ਦੇ ਵਿੱਚ ਡਿੱਗੇ ਨੇ, ਦੋਵੇਂ ਬਚ ਗਏ ਨੇ। ਆ ਜੀ ਚਾਚੇ ਨੂੰ ਇੱਧਰ ਫੇਰ ਟਰੇ ਪੂੜੀ, ਚਾਚੂ ਦੇ ਦੁਆਲੇ ਸਾਰੇ ਹੋਏ ਨੇ, ਇਹ ਕੀ ਗੱਲ ਹੈ? ਮੈਂ ਚਾਚੂ ਨੂੰ ਨਹੀਂ ਮਾਰਿਆ, ਮੈਂ ਡਿੱਗ ਪਿਆ ਤੇ ਆਪਣੇ ਆਪ ਚਾਚੂ ਨੂੰ ਦੇਖ ਕੇ ਮੇਰੇ ਇੱਥੋਂ ਦੀ ਛੂ ਕਰਕੇ ਲੱਗਾ ਬੜਾ 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 ਪਿਆਰਾ। 1 2 3 ਮੈਨੂੰ ਵੱਡੀ ਕਮਾਈ
ਮਤਲਬ ਹੁਣ ਉਹਨੂੰ ਚੱਕਰ ਇੰਨੇ ਚਿਰ ਉਹਨੂੰ ਆਂਡਾ ਸੋਣੇ ਆਂਡਾ ਨਹੀਂ ਲੱਗਣਾ ਮਾਰ ਉਹ ਭਾਵੇਂ ਕੋਈ ਮਾਰ ਚੱਲ ਪੰਜ ਮਾਰਨੇ ਪੰਜ ਚੱਕਰ ਕਰਨੇ ਪੰਜ ਨਹੀਂ ਸੱਤ ਸੱਤ ਇੱਕ ਮੈਂ ਪੀ ਕੇ ਨਾਗਾ ਹੈ ਕਿ ਨਹੀਂ ਸੱਤ ਸੱਤ ਦੋ ਜਿੱਥੇ ਆਂਡੇ ਉੱਥੇ ਜਾ ਕੇ ਜਿੱਥੇ ਆਂਡੇ ਨੇ ਉੱਥੇ ਜਾ ਕੇ ਸਤਵਾਉਣਾ ਪੂਰਾ ਆ ਮਰ ਗਿਆ ਸੱਤ ਚਾਚੂ ਤਾਂ ਵੀ ਬਚਾ ਲੇ ਮਾਮਾ ਤੇਰੇ ਮੂੰਹ ਕਰੇ ਉਧਰ ਮੂੰਹ ਕਰੇ ਆਖ ਤੇ ਬਚਾ ਲੇ ਚਾਚੇ ਦੇ ਬੜਾ ਚਾਚੇ ਦੇ ਲੱਕ ਚ ਵਜੇ ਚਾਚੂ ਨੂੰ ਤੇ ਮਾਮੂ ਜੂੜਨ ਵਜਾ ਤੇ ਮਾਮੂ ਜੂੜਨ ਸਾਰਾ ਮੂੰਹ ਭਰ ਗਿਆ ਜੀ ਤੇ ਹੁਣ ਮੇਰੀ ਵਾਰੀ ਜੀ ਹੁਣ ਮੈਂ 10 ਚੱਕਰ ਕੱਢ ਕੇ 7 ਚੱਕਰ ਕੱਢ ਕੇ ਤੇ ਮਾਰਨਾ ਜੀ ਆਂਡਾ ਚਾਚੂੜੀ ਨਹੀਂ ਆਉਣ ਦੇ ਮਾਮੂ ਹੋਰੀ ਵੀ ਬਾਹਰ ਨਿਕਲ ਗਏ ਫਿਰ ਹੁਣ ਚਾਚੂੜਾ ਨੂੰ ਆਉਣਾ ਪਿਆ ਮਜਬੂਰੀ ਹੋਇਆ ਕੀ ਮੈਂ ਸੱਤ ਕੇਸ ਭਜਦੇ ਨੇ ਮਾਰ ਦੇ
ਲੋਕ ਲਗਾ ਕੇ ਆਂਡੇ ਮਾਰਨੇ ਨੇ, ਇਹ ਵੀ ਪਤਾ ਕਿ ਅਗਲੇ ਬੰਦੇ ਹੱਥ ਆਂਡਾ, ਜੇ ਮੈਂ ਮਾਰ ਗਿਆ ਮੈਨੂੰ ਵੀ ਬਚਣਾ, ਤੇ ਹੁਣ ਇਹ ਆਂਡੇ ਅੰਜ ਬਚਣੇ ਨੇ, ਹੁਣ ਜੰਗ ਹੋਏਗੀ ਲੋਕ ਲਗਾ ਕੇ। ਠੀਕ ਹੈ ਠੀਕ ਹੈ ਆਂਡੇ ਪੈ ਜਾਣ ਤਾਂ ਵੀ ਆਂਡੇ ਪੂਰਾ ਚੱਕਲ ਖਤਮਲਾ ਕਰਕੇ ਨਾ ਹਾਂਜੀ ਚਾਚੇ ਦੇ ਮਾਰਨੇ ਮਾਰਨੇ ਚਾਚੇ ਦੇ ਨੇ, ਅਸੀਂ ਜਾਣਨਾ ਆਂਡੇ ਉਹਨਾਂ ਨੂੰ ਮਾਰਨੇ ਨੇ। ਉਹ ਮੇਰੇ ਹੱਥੇ ਵੱਜ ਕੇ ਲੱਗਿਆ ਤੁਹਾਨੂੰ ਫੜਨ ਲੱਗਾ ਹੈ ਮਾਰ ਮੈਂ ਕੋਈ ਡਰਨਾ ਹਾਏ ਮਾਮਾ ਹਾਂਜੀ ਨੂੰ ਦੇ ਮਾਮੇ ਘਰ ਮਾਮੇ ਘਰ ਦੌੜ ਕੇ ਪਿੱਛੇ ਮਾਰ ਕੇ ਆਓ ਦੌੜ ਕੇ ਸੇਬਿਆ ਦੌੜ ਲਾ ਸੇਬਿਆ ਮਾਰ ਕੇ ਆਉਣ
ਬਗੈਰ ਤੇ ਮੇਰੀ ਬਾਂਹ ਤੇ ਬੜਾ ਭੈੜਾ ਮਾਰਿਆ, ਮੇਰਾ ਜ਼ਖਮ ਤੋਂ ਹੋ ਗਿਆ ਤਕਰੀਬਨ 16 ਆਂਡੇ ਹਜੇ ਤੇ 7 ਆਂਡੇ ਵੱਜੇ ਦੇ ਵਿੱਚੋਂ ਇੱਕ ਮੈਨੂੰ ਵੱਜਿਆ, ਇੱਕ ਮਾਮੂ ਨੂੰ ਵੱਜਿਆ, ਇੱਕ ਬਾਈ ਹਮਦਾ ਨੂੰ ਵੱਜਿਆ, ਇੱਕ ਹੰਦਰਾ ਨੂੰ ਵੱਜਿਆ, ਦੋ ਚਾਚੂ ਨੂੰ ਵੱਜੇ ਮੈਂ ਇੱਥੋਂ ਆਂਡਾ ਮਾਰਿਆ ਨਾ ਆਪਣੇ ਵਾਲਾ ਵੀ ਨਾਲ ਤੋੜ ਲਿਆ ਫੜਨ ਲੱਗਿਆ ਐਂਜ ਹੁੰਦਾ ਨੀ ਕਿਵੇਂ ਸ਼ਾਲਾ ਤੁਹਾਨੂੰ ਕੌਣ ਕਹਿੰਦਾ ਸੀ ਮਾਪੇ ਪੀਰ ਹੁੰਦੀ ਵਿੱਚ ਤੁਰੀ ਜਾਂਦਾ ਮਾਮਾ ਤੁਰ ਪਿਆ ਕੋਟ ਸਾਹਿਬ ਤੇ ਗੱਲ ਮੁਕਾ ਕੇ ਜਾਓ ਮੇਰਾ ਬੜਾ ਮੇਰੇ ਬੜਾ ਪਿਆਰਾ ਵੱਜਿਆ ਤੇ ਬਾਈ ਦੇ ਬੜਾ ਮਾਰਿਆ ਲੱਖ 'ਚ ਬਦਲਾ ਲਾਇਆ ਨੇ ਆਪਣਾ ਜਾ ਮੈਂ ਛੁੜੂ ਤੂੰ ਮਾਰਿਆ ਸੀ ਚਾਚੂ ਨੂੰ ਕੋਈ ਆਂਡਾ ਨਹੀਂ ਜੇ ਵੱਜਿਆ ਬਾਈ ਖੇਲੇ ਜੇ ਬੜਾ ਮਜ਼ਾ ਆਇਆ ਜੇ ਉਮੀਦ ਕਰਨ ਤੁਹਾਨੂੰ ਇੱਕ ਮਜ਼ਾ ਆਇਆ ਹੋਏਗਾ ਅਤੇ ਆਹ ਨਾ ਸੋਚਿਓ ਕਿ ਅਸੀਂ ਸਹੀ ਆਂਡੇ ਮਾਰੇ ਨੇ ਜਾਂ ਜਿੰਨੇ ਵੀ ਆਂਡੇ ਮਾਰਨ ਨਾ ਸਾਰੇ ਖਰਾਬ ਆਂਡੇ ਲਿਆਉਂਦੇ ਹੈ ਅਸੀਂ ਦੁਕਾਨ ਨੂੰ ਕਹਿ ਕੇ ਲਿਆਉਂਦੇ ਹਨ ਕਿ ਅਸੀਂ ਬਰਬਾਦ ਕਰਨੇ ਨੇ ਖਰਾਬ ਦਿਓ ਅਤੇ ਖਰਾਬ ਆਂਡੇ ਲੈ ਕੇ ਇਹੋ ਜਿਹੇ ਉਹ ਮਾਰੇ ਹਜੇ ਤਾਂ ਮਜ਼ਾ ਆ ਗਿਆ ਜੇ ਇੱਕ ਮੈਨੂੰ ਵੀ ਵੱਜਾ ਜੇ ਬੜਾ ਪਿਆਰਾ ਬਾਈ ਜੇਬ ਬੜਾ ਮਾੜੇ ਜੇ ਲੱਗ ਜੇ ਅਤੇ ਬਾਕੀ ਮੈਂ ਦੋ ਤਰੇ ਮਾੜੇ ਨੇ ਇੱਕ ਬਾਈ ਜੇਬ ਦੇ ਇੱਕ ਚਾਚੂ ਦੇ ਇੱਕ ਬਾਈ ਹਮਜ਼ਾ ਦੇ ਅਤੇ ਬੜਾ ਮਜ਼ਾ ਆਇਆ ਜੇ ਅਤੇ ਹੁਣ ਬਾਕੀ ਸਾਡੇ ਨੇ ਉੱਧਰ ਨੂੰ ਤੁਰ ਗਏ ਜੇ ਮੈਂ ਜਾਣਾ ਜੇ ਮੈਜਿਕ ਜ਼ੂ 'ਚ ਪਰਿੰਦਿਆਂ ਕੇ ਦਾਣਾ ਪਾਣੀ ਪਾ ਕੇ ਅਤੇ ਫਿਰ ਚੱਲਣੇ ਕਾਰ ਆਹ ਹਜੇ ਵੀ ਮੇਰਾ ਅੱਜ ਦਾ ਮਜ਼ਾ ਜਿਹਾ ਵਲੋਗ ਉਮੀਦ ਕਰਨ ਤੁਹਾਨੂੰ ਵੇਖ ਕੇ ਮਜ਼ਾ ਆਏਗਾ ਜੇ ਮਜ਼ਾ ਆਇਆ ਜੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਨਾਲੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫਿਰ ਮਿਲਾਂਗੇ ਨੈਕਸਟ ਵਲੋਗ 'ਚ ਅੱਲਾ ਹਾਫਿਜ਼